ਸਸ਼ੀਗਾਰ ਜਗਬਣੀ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਪੰਜਾਬ ਚ ਨਵੀਂ ਸਰਕਾਰ ਕਾਂਗਰਸ ਦੀ ਬਣੀ ਹੈ ਨਵੀਂ ਸਰਕਾਰ ਚ ਨਵੇਂ ਮੰਤਰੀ ਮੰਤਰੀ ਬਣੇ ਨੇ ਔਰ ਨਵੇਂ ਮੰਤਰੀਆਂ ਤੋਂ ਪੰਜਾਬ ਦੀ ਜਨਤਾ ਨੂੰ ਕਾਫੀ ਉਮੀਦਾਂ ਨੇ ਇਹਨਾਂ ਉਮੀਦਾਂ ਤੇ ਨਵੇਂ ਮੰਤਰੀ ਕਿਸ ਤਰ੍ਹਾਂ ਖਰੇ ਉਤਰਨਗੇ ਸਾਡੇ ਨਾਲ ਇਸ ਵੇਲੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਧੂ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਸ਼ੀਗਾਰ ਜੀ ਮਹਿਕਮਾ ਸੰਭਾਲਿਆ ਤੁਸੀਂ 2-4 ਹਫ਼ਤੇ ਅੱਜ ਹੋਏ ਐ ਜੀ ਚੁਣੌਤੀਆਂ ਕੀ ਨਜ਼ਰ ਆ ਰਹੀਆਂ ਔਰ ਖਾਮੀਆਂ ਨਾਲੇ ਐ ਸਾਰੀਆਂ ਚੁਣੌਤੀਆਂ ਹੀ ਚੁਣੌਤੀਆਂ ਨੇ ਬਿਲਕੁਲ ਮੈਂ ਮਹਿਕਮਾ ਨੂੰ ਟੱਚ ਕਰਕੇ ਦੇਖਿਆ ਹੈ ਮੇਰੇ ਕੋਲ ਸਭ ਤੋਂ ਤਾਂ ਮਹੱਤਵਪੂਰਨ ਜਿਹੜਾ ਮਹਿਕਮਾ ਗਰੀਬ ਲੋਕਾਂ ਦਾ ਜੀ ਐਸ ਸੀ ਐਂਡ ਬੀ ਸੀ ਗਰੀਬ ਲੋਕ ਨੇ ਜਿਨ੍ਹਾਂ ਗਰੀਬ ਲੋਕਾਂ ਕੋਲ ਘਰ ਹੈ ਨਹੀਂ ਜਿਨ੍ਹਾਂ ਦੇ ਬੱਚਿਆਂ ਕੋਲ ਸਕੂਲ ਜਾਣ ਨੂੰ ਕੱਪੜੇ ਹੈ ਨਹੀਂ ਜਿਨ੍ਹਾਂ ਕੋਲ ਫਲਸ਼ ਹੈ ਨਹੀਂ ਪੈਰਾਂ ਚ ਪੌਣੂ ਚਪਲ ਹੈ ਨਹੀਂ ਪੈਰਾਂ ਚ ਪੌਣੂ ਚਪਲ ਹੈ ਨਹੀਂ ਪੜ੍ਹਾਈ ਵਾਸਤੇ ਪੈਸੇ ਹੈ ਨਹੀਂ ਉਹਨਾਂ ਲੋਕਾਂ ਦਾ ਮਹਿਕਮਾ ਮੈਨੂੰ ਬੁਲਿਆ ਹੈ ਔਰ ਉਹਦੇ ਵਿੱਚ ਮੈਂ ਜਿੰਨਾ ਪਹਿਲੀ ਮੀਟਿੰਗ ਲਈ ਹੈ ਸਾਰੇ ਜ਼ਿਲ੍ਹੇ ਦੇ ਅਫੀਸਰ ਸਹਿਬਾਨ ਦੀ ਉੱਥੇ ਮੈਨੂੰ ਇੰਜ ਲੱਗਿਆ ਕਿ ਜਿਵੇਂ ਇਹ ਮਹਿਕਮਾ ਲਾਵਾਸ ਜਾ ਹੋ ਕੇ ਨਾ ਪਤਾ ਹੀ ਨਹੀਂ ਕੌਣ-ਕੌਣ ਇਥੋਂ ਕੀ-ਕੀ ਕਰ ਗਿਆ ਹੈ ਇਹ ਮੈਨੂੰ ਦੁੱਖ ਮਹਿਸੂਸ ਹੋਇਆ ਮੈਂ ਮਹਿਕਮੇ ਆਲੇ ਨੇ ਅਫੀਸਰ ਸਾਹਿਬਾਨ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਮੇਰੇ ਨਾਲੋਂ ਪੜ੍ਹੇ ਲਿਖੇ ਜ਼ਿਆਦੇ ਹੋ ਸਕਦੇ ਹੋ ਪਰ ਮੇਰੇ ਜਿੰਨੀ ਜਨਮ ਹੈ ਜ਼ਮੀਂਦਾਰ ਜੰਮਾ ਇੱਕ ਮਜ਼ਦੂਰ ਬਾਪ ਦਾ ਬੇਟਾ ਹਾਂ ਮੈਨੂੰ ਪਤਾ ਜਿੰਨੀਆਂ ਇਸ ਮਹਿਕਮੇ ਦੀਆਂ ਸਕੀਮਾਂ ਨੇ ਜੀ ਜਿੰਨਾ ਪੈਸਾ ਆਇਆ ਹੈ ਉਹਨਾਂ ਮੈਨੂੰ ਲੱਗਿਆ ਕਿਤੇ ਨਜ਼ਰ ਨਹੀਂ ਆਉਂਦਾ ਮੈਨੂੰ 15 ਦਿਨ ਦੇ ਵਿੱਚ 10 ਸਾਲ ਦਾ ਸਾਰਾ ਰਿਕਾਰਡ ਦੋ ਜੀ ਕਿੰਨੀ ਸਕਾਲਰਸ਼ਿਪ ਆਈ ਹੈ ਕਿਹੜੇ ਕਿਹੜੇ ਕਾਲਜਾਂ ਨੂੰ ਕਿੰਨਾ-ਕਿੰਨਾ ਗਿਆ ਹੈ ਅੱਜ ਕੱਲ ਬੜੇ ਪ੍ਰਾਈਵੇਟ ਕਾਲਜ ਨੇ ਬੜੀਆਂ ਅਸੀਂ ਕਮੇਟੀਆਂ 'ਚ ਵੀ ਦੇਖਦੇ ਰਹੇ ਆ ਸਾਡੀ ਵਿਧਾਨ ਸਭਾ ਦੀਆਂ ਕਮੇਟੀਆਂ 'ਚ ਬੜਾ ਰੋਲਾ ਪੈਂਦਾ ਹੁੰਦਾ ਸੀ ਜੀ ਉਸ ਰੋਲੇ ਦਾ ਉਹਨਾਂ ਕਮੇਟੀਆਂ ਦਾ ਮੈਨੂੰ ਫਾਇਦਾ ਹੋਇਆ ਕਿ ਅਸੀਂ ਕਮੇਟੀਆਂ ਜਾਂਦੇ ਰਹੇ ਉਹ ਮੈਂ ਸਾਰਾ ਰਿਕਾਰਡ ਮੰਗਾਇਆ ਹੈ ਉਹਨਾਂ ਨੂੰ ਕਿਹਾ ਮੈਨੂੰ ਦੱਸਿਆ ਜਾਵੇ ਇਹ ਇੱਕ ਸਕਾਲਰਸ਼ਿਪ ਹੈ ਗਰੀਬ ਲੋਕਾਂ ਦੀ ਜੀ ਕਿੰਨਾ ਪੈਸਾ ਆਇਆ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ ਬੱਚਿਆਂ ਨੂੰ ਕਿਹੜੇ ਪਿੰਡ ਦੇ ਨੇ ਕਿਹੜੇ ਪਿੰਡ ਦੇ ਕਿੰਨੇ ਨੇ ਉਹ ਮੈਨੂੰ ਸਾਰਾ ਰਿਕਾਰਡ ਦੱਸੋ ਜੀ ਹੁਣ ਤੱਕ ਤੁਸੀਂ ਬੈਠਕ ਕੀਤੀ ਹੈ ਅਫਸਰਾਂ ਨਾਲ ਹਾਂ ਅਫਸਰਾਂ ਨਾਲ ਕੀਤੀ ਆ ਮੈਂ ਪਤਾ ਕਰਿਆ ਵੀ ਅਸੀਂ ਕੱਚੇ ਘਰਾਂ ਵਾਸਤੇ ਕਿੰਨੇ ਪੈਸੇ ਦਿੱਤੇ ਉਹਨਾਂ ਗਰੀਬ ਲੋਕਾਂ ਨੂੰ ਪਹੁੰਚੇ ਨੇ ਕਿਹਦੇ ਕਿਹਨੂੰ ਪਹੁੰਚੇ ਨੇ ਧਾਂਦਲੀਆਂ ਕਿੰਨੀਆਂ ਕਿੱਥੋਂ ਨਜ਼ਰ ਆਈਆਂ ਆ ਤਾਂਦੀਆਂ ਤਾਂ ਉਹਨੂੰ ਪੂਰੀ ਜਿਹੜੀ ਗਿਣਤੀ ਤਾਂ ਹੁਣ ਰਿਕਾਰਡ ਦੇਖ ਕੇ ਪਤਾ ਲੱਗੇਗਾ ਮੈਂ ਇਹ ਵੀ ਕਿਹਾ ਮੈਂ ਰੀਚੈਕਿੰਗ ਵੀ ਕਰਾਂਗਾ ਵੱਡਾ ਕਪਲਾ ਕੀ ਲੱਗਦਾ ਤੁਹਾਨੂੰ ਵੱਡਾ ਕਪਲਾ ਕੀ ਲੱਗਦਾ ਪਿਛਲੀ ਸਰਕਾਰ ਗਰੀਬ ਲੋਕਾਂ ਨਾਲ ਸਾਰਾ ਕਪਲਾ ਹੀ ਕਪਲਾ ਹੁੰਦਾ ਜੀ ਤੁਸੀਂ ਹੁਣ ਬਣਦਾ ਹੱਕ ਦਵਾਉਣ ਦੇ ਲਈ ਕੀ ਬਲੂਪ੍ਰਿੰਟ ਤਿਆਰ ਕੀਤਾ ਬਲੂਪ੍ਰਿੰਟ ਮੈਂ ਤਾਂ ਇਹੀ ਆ ਮੈਂ ਤਾਂ ਚੈਕਿੰਗ ਕਰੂੰਗਾ ਮੈਂ ਤਾਂ ਫਿਜ਼ੀਕਲ ਜਾਊਗਾ ਜ਼ਿਲ੍ਹੇ ਜਾਊਗਾ ਪਹਿਲਾਂ ਉਹਨਾਂ ਤੋਂ ਰਿਪੋਰਟ ਮੰਗੀ ਹੈ ਜੀ ਵੀ ਮੈਨੂੰ ਰਿਪੋਰਟ ਦਿਓ ਜਿਹੜੇ ਅਫਸਰ ਨੇ ਵਧੀਆ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ ਦੇਵਾਂਗੇ ਜਿਨ੍ਹਾਂ ਨੇ ਉਹ ਗਰੀਬ ਲੋਕਾਂ ਦਾ ਹੱਕ ਜਰਾ ਜਿੰਨਾ ਵਿਖਾਦਾ ਮੈਂ ਬਖਸ਼ਣ ਵਾਲਾ ਹੈ ਕਾਰਨ ਕੀ ਹੈ 사두 ਸਿੰਘ ਜੀ ਦਲਿਤ ਭਾਈਚਾਰੇ ਨੂੰ ਸਮਾਜਿਕ ਤੌਰ ਤੇ ਬਣਦਾ ਸਨਮਾਨ ਕਿਉਂ ਨਹੀਂ ਮਿਲ ਰਿਹਾ 70 ਸਾਲ ਹੋ ਚਲੇ ਮੁਲਕ ਆਜ਼ਾਦ ਹੋਏ ਨੂੰ ਸਾਡੇ ਗੁਰੂਆਂ ਨੇ ਵੀ ਕਿਹਾ ਰੰਗ ਰੇਟੇ ਗੁਰੂ ਕੇ ਬੇਟੇ ਔਰ ਨਾ ਤਾਂ ਸਰਕਾਰਾਂ ਚ ਅਹੁਦੇਦਾਰੀਆਂ ਮਿਲ ਰਹੀਆਂ ਜੀ ਨਾ ਕਿਸੇ ਅਫਸਰ ਅਫਸਰ ਸ਼ਾਹੀ ਦੀ ਗੱਲ ਕਰੀਏ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਸਨਮਾਨ ਮਿਲ ਰਿਹਾ ਸਮਾਜਿਕ ਤੌਰ ਤੇ ਬਣਤਰ ਕਿਉਂ ਨਹੀਂ ਬਣ ਸਕੀ ਦੇਖੋ ਗੱਲ ਸਿਆਸੀ ਤੌਰ ਤੇ ਅੱਜ ਤੱਕ ਜਿੰਨੀਆਂ ਸਰਕਾਰਾਂ ਅਕਾਲੀ ਦਲ ਦੀਆਂ ਬਣੀਆਂ ਭਾਵੇਂ ਕਾਂਗਰਸ ਦੀਆਂ ਬਣੀਆਂ ਜਿੰਨੀਆਂ ਕੈਪਟਨ ਅਮਰਿੰਦਰ ਸਿੰਘ ਦੀ ਇਸ ਕੈਬਨਿਟ ਵਿੱਚ ਪਹਿਲੀ ਕੈਬਨਿਟ ਵਿੱਚ ਮੈਨੂੰ ਚੌਥੀ ਜਗ੍ਹਾ ਮੰਤਰੀ ਬਣਾਇਆ ਛੋਟੀ ਗੱਲ ਨਹੀਂ ਹੈ ਜੀ ਸ਼ਡਿਊਲ ਕਾਸਤਾ ਇੱਕ ਕੈਬਨਿਟ ਮੰਤਰੀ ਬਣਦਾ ਸੀ ਦੋ ਕੈਬਨਿਟ ਇੱਕ ਸਟੇਟ ਮੰਤਰੀ ਬਣਾਇਆ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਿੱਥੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਜਾਬ ਨੂੰ ਤਨੱਕੀ ਦਿਵਾਉਣਾ ਚਾਹੁੰਦੇ ਨੇ ਖਾਸ ਕਰਕੇ ਉਹਨਾਂ ਦਾ ਫੋਕਸ ਹੈ ਕਿ ਗਰੀਬ ਲੋਕ ਨੇ ਜਿਹੜੇ ਐਸਸੀ ਬੀਸੀ ਭਾਈਚਾਰੇ ਨੇ ਉਹਨਾਂ ਨੂੰ ਕਿਵੇਂ ਮੰਤਰੀ ਸਾਹਿਬ ਇੱਕ ਗੱਲ ਨਾਲ ਤੁਸੀਂ ਸਹਿਮਤ ਹੋ ਕਿ 37% ਦੇ ਕਰੀਬ ਲੋਕ ਪੰਜਾਬ ਚ ਦਲਿਤ ਭਾਈਚਾਰੇ ਦੇ 35 37 35 ਤੇ 35 ਦੇ ਵਿੱਚ ਸਰਕਾਰ ਬਣਾਉਣੀ ਤੇ ਟਾਉਣ ਦੇ ਵਿੱਚ ਇਸ ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ ਜੀ ਮਨਸਿਜੀ ਤੱਕ ਸੀਮਤ ਰਹਿਣ ਦੀ ਬਜਾਏ ਤੁਸੀਂ ਮੰਨਦੇ ਹੋ ਕਿ ਪੰਜਾਬ ਚ ਕਿਸੇ ਦਲਿਤ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਵੀ ਬਣਾਉਣਾ ਚਾਹੀਦਾ ਨਹੀਂ ਇਹ ਗੱਲ ਨਹੀਂ ਇਹ ਦੇਖੋ ਗੱਲ ਇਹ ਆ ਇੱਥੇ ਆਪਾਂ ਜਾਤਾਂ ਦੀ ਗੱਲ ਕਰੀਏ ਜਿਹੜਾ ਬੰਦਾ ਕਾਬਲ ਹੈ ਉਹਨੂੰ ਬਣ ਜਾਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਡਿਮਾਂਡ ਸੀ ਉਹਨਾਂ ਨੇ 2002 ਤੋਂ ਲੈ ਕੇ 2007 ਤੱਕ ਜੋ ਕੰਮ ਕੀਤਾ ਪੰਜਾਬ ਨੂੰ ਤਰੱਕੀ ਦਿੱਤੀ ਸੀ ਉਸ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕਾਂ ਨੂੰ ਇੰਨੇ ਜ਼ੋਰ ਨਾਲ ਕੈਪਟਨ ਸਾਹਿਬ ਨੂੰ ਲਿਆਂਦਾ ਕਾਂਗਰਸ ਦਾ ਚੀਫ ਮਿਨਿਸਟਰ ਬਣਾਇਆ ਇਸ ਕਰਕੇ ਇੱਥੇ ਕਾਂਗਰਸ 'ਚ ਜਾਤ ਵਾਲੀ ਗੱਲ ਨਹੀਂ ਹੈ ਤੇ ਗਿਆਨੀ ਜੀ ਬੀਸੀ ਦੇ ਸੀਗੇ ਚੀਫ ਮਿਨਿਸਟਰ ਰਹੇ ਨੇ ਰਾਸ਼ਟਰਪਤੀ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਸਰਬੂਤਾ ਸਿੰਘ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਰਹੇ ਨੇ ਕੇ ਆਰ ਨਰੈਨਨ ਸਾਡੇ ਰਾਸ਼ਟਰਪਤੀ ਰਹੇ ਨੇ ਐਸ்சி ਦੇ ਇਸ ਕਰਕੇ ਕਾਂਗਰਸ ਪਾਰਟੀ कैसी ਹੈ ਇਹ ਜਾਤ ਪਾਤ ਨਾਲ ਗੱਲ ਨਹੀਂ ਕਰਦੀ ਜਿਹੜੇ ਯੋਗ ਵਿਅਕਤੀ ਨੇ ਜਿੱਥੇ ਹੈ ਉਹਨਾਂ ਨੂੰ ਥਾਂ ਦਿੱਤੀ ਜਾਂਦੀ ਪਿਛਲੇ ਸਮੇਂ ਦੌਰਾਨ ਸਾਧੂ ਸਿੰਘ ਜੀ ਦਲਿਤ ਭਾਈਚਾਰੇ ਤੇ ਬੜਾ ਤਸ਼ੱਦਦ ਹੋਇਆ ਹਮਲੇ ਹੋਏ ਭੀਮਤਾੰਕ ਜਿਹੜਾ ਕੇਸ ਮੌਰ ਦੇ ਵਿੱਚ ਨਜ਼ਰ ਆਇਆ ਦਲਿਤ ਭਾਈਚਾਰੇ ਤੇ ਹੋ ਰੇ ਅਤਿਆਚਾਰ ਨੂੰ ਰੋਕਣ ਦੇ ਲਈ ਤੁਸੀਂ ਕੋਈ ਯੋਜਨਾ ਤਿਆਰ ਕੀਤੀ ਹੈ ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਸਭ ਤੋਂ ਵੱਡਾ ਰੋਲ ਹੈ ਗੱਲ ਇਹ ਹੈ ਯੋਜਨਾ ਤਿਆਰ ਕਰਨ ਦੀ ਮੈਨੂੰ ਜ਼ਰੂਰਤ ਨਹੀਂ ਹੈ ਮੈਂ ਜੰਮਿਆਂ ਹੀ ਯੋਜਨਾ 'ਚ ਹਾਂ ਦੁੱਖਾਂ ਤੇ ਤਕਲੀਫਾਂ 'ਚ ਗਰੀਬਾਂ ਦੀ ਕੁੱਲੀ 'ਚ ਜੰਮਿਆ ਮੈਨੂੰ ਯੋਜਨਾ ਬਣਾਉਣ ਦੀ ਜ਼ਰੂਰਤ ਨਹੀਂ ਮੈਨੂੰ ਊੜਾ ਐੜਾ ਸਾਰਾ ਕੁਝ ਆਉਂਦਾ ਹੈ ਜਿਹੜੇ ਬੰਦੇ ਮਾੜੇ ਨੇ ਉਹਨਾਂ ਨਾਲ ਮਾੜਾ ਸਲੂਕ ਕਰਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਜਿਹੜੇ ਬੰਦਿਆਂ ਨੇ ਸਾਡੇ ਗਰੀਬ ਲੋਕਾਂ ਨਾਲ ਦਲਿਤਾਂ ਨਾਲ ਧੱਕਾ ਕੀਤਾ ਉਹਨਾਂ ਨੂੰ ਐਨ ਕਟਾਰੇ 'ਚ ਖੜੇ ਕਰਕੇ ਉਹਨਾਂ ਨੂੰ ਸੋਝੀ ਦਵਾਤੀ ਸਰਕਾਰਾਂ ਉਹੀ ਰਹਿੰਦੀਆਂ ਮੰਤਰੀ ਸਾਹਿਬ ਪਰ ਜਿਹੜੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਜਿਹੜਾ ਪ੍ਰਸ਼ਾਸਨ ਹੈ ਅਫਸਰਸ਼ਾਹੀ ਉਹੀ ਰਹਿੰਦੀ ਹੈ ਹੁਣ ਉਸ ਅਫਸਰਸ਼ਾਹੀ ਤੋਂ ਕੰਮ ਕਿਦਾਂ ਲਾਉਂਗੇ ਤੁਸੀਂ ਨਹੀਂ ਅਫਸਰਸ਼ਾਹੀ ਉਹੀ ਆਪਣੇ ਬੰਦੇ ਨੇ ਉਹਨਾਂ ਦਾ ਵਿਚਾਰਿਆਂ ਦਾ ਕੀ ਕਰਨ ਸਰਕਾਰਾਂ ਤਾਂ ਬਦਲ ਜਾਂਦੀਆਂ ਨੇ ਉਹ ਕਿੱਥੇ ਜਾਣ ਪਰ ਗੱਲ ਇਹ ਹੈ ਉਹ ਤਾਂ ਸਰਕਾਰ ਦੇ ਉਹਨਾਂ ਨੂੰ ਨੀ ਕੀ ਵਿਚਾਰਾਂ ਨੂੰ ਦੇਖਣਾ ਪੈਂਦਾ ਗੱਲ ਇਹ ਹੈ ਜਿਹੜੇ ਬੰਦੇ ਜਾਣ ਬੁੱਝ ਕੇ ਅਫਸਰ ਘੜਕੜ ਕੇ ਜਿਹੜੇ ਹੱਥ ਠੋਕੇ ਬਣੇ ਹੋਏ ਸੀ ਨਾ ਜਿਨ੍ਹਾਂ ਨੇ ਨਜਾਇਜ਼ ਪਰਚੇ ਕੀਤੇ ਨੇ ਉਹਨਾਂ ਨੂੰ ਅਸੀਂ ਛੱਡਣਾ ਨਹੀਂ ਕਾਂਗਰਸ ਇਹ ਰਵਾਇਤ ਤੋੜੂਗੀ ਕਿਉਂਕਿ ਲੀਡਰਾਂ ਦਾ ਪ੍ਰੈਸ਼ਰ ਹੀ ਪੈਂਦਾ ਉਹਨਾਂ ਤੇ ਬਿਲਕੁਲ ਅਸੀਂ ਮੈਂ ਆਪਣੇ ਹੱਕ ਹਲਕੇ ਚ ਵੀ ਕਿਹਾ ਵੀ ਗੱਲ ਇਹ ਰੱਬ ਨੇ ਬੜਾ ਸੁਣੀ ਆ 10 ਸਾਲ ਬਾਅਦ ਕਾਂਗਰਸ ਪਾਰਟੀ ਦੀ ਪੰਜਾਬ ਦੇ ਲੋਕਾਂ ਨੇ ਜ਼ੋਰ ਜਨ ਲੈਂਦਾ ਜੇ ਅਗਰ ਅਸੀਂ ਬਦਲਾ ਲਊ ਭਾਵਨਾ ਕਰਾਂਗੇ ਤਾਂ ਰੱਬ ਦੇਖਦਾ ਇਹਨੂੰ ਖੁਸ਼ੀ ਨੂੰ ਹਾਜ਼ਮ ਕਰਨਾ ਵੀ ਸਿੱਖੀਏ ਆਪਣੇ ਲੋਕਾਂ ਦਾ ਭਲਾ ਕਰੀਏ ਦੂਜੇ ਜਿਹੜੇ ਵਿਗੜੇ ਹੋਏ ਬੰਦੇ ਉਹਨਾਂ ਨੂੰ ਸੁਧਾਰਾਂਗੇ ਬਦਲਾ ਲਊ ਨੀਤੀ ਨਹੀਂ ਕਰਾਂਗੇ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਨੇ ਮੇਰੀ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਸੀਐਮ ਸਾਹਿਬ ਆਪ ਜਾਣਦੇ ਨੇ ਦਸਾਂ ਸਾਲਾਂ ਚ ਜਿਹੜੇ ਅਕਾਲੀ ਦਲ ਔਰ ਭਾਜਪਾ ਚ ਮਾਰੇ ਚਾਹੇ ਵਜ਼ੀਰ ਸੀ ਚਾਹੇ ਮਾਰੇ ਤਾਕਤ ਦੇ ਬੈਠੇ ਸੀ ਉਹਨਾਂ ਨੇ ਜੋ ਤਾਂਦਨੀਆਂ ਕੀਤਾ ਨੇ ਤਾਂਦਨੀਆਂ ਦਾ ਵੀ ਜਵਾਬ ਦੇਵਾਂਗੇ ਜਿਨ੍ਹਾਂ ਨੇ ਨਜਾਇਜ਼ ਸਾਡੇ ਦੇ ਪਰਚੇ ਕਰਾਏ ਨੇ ਉਹਨਾਂ ਦੇ ਪਰਚੇ ਕੈਨਸਲ ਕਰਾਂਗੇ ਆਪਣੇ ਬੰਦਿਆਂ ਨੂੰ ਰਾਹਤ ਦੇਵਾਂਗੇ ਨਜਾਇਜ਼ ਕਿਸ ਤੇ ਪਰਚਾ ਸੀ ਕਰਦੇ ਨੇ ਐਸ ਟਾਈਮ ਤੁਸੀਂ ਆਪਣੇ ਮਹਿਕਮੇ ਦੀ ਜੇਕਰ ਗੱਲ ਕਰੀਏ ਖਾਸ ਤੌਰ ਤੇ ਗਰੀਬ ਭਾਈਚਾਰੇ ਦੇ ਲਈ ਗੱਲ ਕਰੀਏ ਸਭ ਤੋਂ ਵੱਡਾ ਕੰਮ ਕਰਨ ਦੇ ਲਈ ਤੁਸੀਂ ਕਾਦੀ ਪਲਾਨਿੰਗ ਕਰ ਰਹੇ ਹੋ ਦੇਖੋ ਪਲਾਨਿੰਗ ਤਾਂ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਜਿਵੇਂ ਹੁਣ ਇਮਤਿਹਾਨ ਹੋ ਗਏ ਰਿਜ਼ਲਟ ਆ ਗਏ ਸਕਾਲਰਸ਼ਿਪ ਆ ਟਾਈਮ ਤੇ ਨਹੀਂ ਮਿਲਦੀ ਹੈ ਕਿਤਾਬਾਂ ਮਿਲ ਦੇਣੀਆਂ ਨੇ ਤੁਹਾਨੂੰ April ਦੇ ਮਹੀਨੇ ਪਹਿਲੇ ਮਹੀਨੇ ਕਿਤਾਬਾਂ ਬੱਚਿਆਂ ਨੂੰ ਚਾਹੀਦੀਆਂ ਉਹ ਮਿਲਦੀਆਂ ਨਹੀਂ ਉਹ ਮਈ ਜੂਨ ਤੱਕ ਪਹੁੰਚ ਜਾਂਦੀਆਂ ਨੇ ਤੇ ਜਦੋਂ ਅਪ੍ਰੈਲ ਦੀ ਪੜ੍ਹਾਈ ਜੂਨ ਚ ਸਟਾਰਟ ਹੋਏਗੀ ਤੇ ਉਹ ਬੱਚੇ ਕਿੱਥੋਂ ਪੜ੍ਹਨਗੇ ਇਸ ਗੈਪ ਨੂੰ ਪਹਿਲਾਂ ਪੂਰਿਆ ਕਰਨਾ ਤੁਸੀਂ ਮੰਤਰੀ ਮੰਤਰੀ ਸਾਹਿਬ ਅਵੇਅਰਨੈਸ ਦੀ ਵੀ ਇਸ ਭਾਈਚਾਰੇ 'ਚ ਬਹੁਤ ਘਾਟ ਹੈ ਤੁਸੀਂ ਅਵੇਅਰ ਕਰਨ ਦੇ ਲਈ ਕੋਈ ਕੋਈ ਨਾ ਕੋਈ ਸਕੀਮ ਨਵੀਂ ਕਿਉਂ ਨਹੀਂ ਲਾਂਚ ਕਰਦੇ ਕਿ ਇਸ ਭਾਈਚਾਰੇ ਨੂੰ ਅਵੇਅਰ ਕੀਤਾ ਜਾਵੇ ਦਿਹਾੜੀਦਾਰ ਸਵੇਰੇ ਦਿਹਾੜੀ ਕਰਕੇ ਹੱਡ ਤੋੜ ਮਿਹਨਤ ਕਰਕੇ ਸ਼ਾਮ ਨੂੰ ਘਰੇ ਆਉਂਦਾ ਉਹਨੂੰ ਨਿਆਣਿਆਂ ਦੀ ਪੜ੍ਹਾਈ ਤਾਂ ਯਾਦ ਹੀ ਨਹੀਂ ਰਹਿੰਦੀ ਤਾਂ ਇੱਕ ਅਵੇਅਰਨੈਸ ਕੈਂਪੇਨ ਵੀ ਹੋਣੀ ਚਾਹੀਦੀ ਹੈ ਕਿ ਪੜ੍ਹਾਈ ਦਾ ਲਾਹਾ ਕੀ ਹੈ ਤੁਹਾਨੂੰ ਕਿਹੜੀਆਂ-ਕਿਹੜੀਆਂ ਸਕੀਮਾਂ ਸਰਕਾਰ ਤੋਂ ਮਿਲ ਰਹੀਆਂ ਤਾਂ ਕਿ ਅਫਸਰ ਸਾਹਿਬ ਮਿਸਗਾਈਡ ਨ ਕਿਸੇ ਤਰੀਕੇ ਦੇ ਨਾਲ ਹਰ ਪਿੰਡ ਦੇ ਵਿੱਚ ਸਾਡੀ ਜੋ ਸਕੀਮਾਂ ਪਹੁੰਚੇਗੀ ਪਹਿਲਾਂ ਪਤਾ ਲੱਗਿਆ ਨਹੀਂ ਲੱਗਿਆ ਅਸੀਂ ਪੰਚਾਇਤਾਂ ਦੇ ਰਾਹੀਂ ਅਸੀਂ ਧਰਮਸ਼ਾਲਾ ਨੇ ਸਾਡੇ ਸਕੂਲ ਨੇ ਸਾਂਝੀ ਥਾਂ ਤੇ ਆਪਣੇ ਪੇਪਰ 'ਚ ਪਾ ਕੇ ਆਪਣੀਆਂ ਸਕੀਮਾਂ ਘਰ-ਘਰ 'ਚ ਪਹੁੰਚਾਵਾਂਗੇ ਜਿਹੜੇ ਪਿੰਡ 'ਚ ਸਕੀਮ ਦਾ ਮੇਰੀ ਦਾ ਪਤਾ ਨਹੀਂ ਲੱਗੂਗਾ ਸਾਡੀ ਸਰਕਾਰ ਦਾ ਉਹ ਅਫਸਰ ਨਹੀਂ ਬਖਸ਼ਣਾ ਕਿ ਕੋਈ ਅਫਸਰ ਦੀ ਜ਼ਿੰਮੇਵਾਰੀ ਹੈ ਬਲਾਕ ਅਫਸਰ ਦੀ ਜ਼ਿਲ੍ਹੇ ਦੇ ਅਫਸਰ ਦੀ ਕਾਰਕਰ ਦੇ ਵਿੱਚ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਸਾਨੂੰ ਸਕਾਲਰਸ਼ਿਪ ਕੀ ਮਿਲਣੀ ਆ ਸਾਨੂੰ ਕਿਤਾਬਾਂ ਕਦੋਂ ਮਿਲਣੀਆਂ ਨੇ ਬੱਚਿਆਂ ਨੂੰ ਸਾਨੂੰ ਲੋਨ ਕਿਵੇਂ ਮਿਲਣਾ ਹੈ ਸਾਡੀ ਸਕੀਮ ਦਾ ਸਾਨੂੰ ਕੀ ਕੀ ਫਾਇਦਾ ਹੋ ਸਕਦਾ ਇਹ ਅਸੀਂ ਲੋਕਾਂ ਨੂੰ ਸਮਝਾਵਾਂਗੇ ਫੋਰਸ ਅਪਾਰਟਮੈਂਟ ਤੁਹਾਡੇ ਕੋਲ ਐ ਉਹਦੇ ਵਿੱਚ ਤੁਹਾਨੂੰ ਕੀ ਹੁਣਤਾਈਆਂ ਨਜ਼ਰ ਆਈਆਂ ਨੇ ਆ ਦੇਖੋ ਤੁਸੀਂ ਚੰਗੀ ਗੱਲ ਕੀਤੀ ਐ ਇਹ ਬੜਾ ਸਵਾਲ ਚੰਡੀਗੜ੍ਹ ਵੀ ਲੋਕਾਂ ਨੇ ਕਰਿਆ ਮੈਨੂੰ ਕਿ ਜਿਹੜਾ ਜੰਗਲਾਤ ਮਹਿਕਮਾ ਹੈ ਇਹਦੇ ਚ ਲੋਕ ਕਹਿੰਦੇ ਫਲਾਣੇ ਲੋਕ ਜੰਗਲ ਵੱਢ ਗਏ ਖੈਰ ਦੇ ਦਰਖ ਸੀ ਉਹ ਬਣ ਗਏ ਵੱਢ ਗਏ ਜੀ ਚੰਡੀਗੜ੍ਹ ਦੇ ਨਾਲ ਲੋਕਾਂ ਨੇ ਬੜੀ 10 ਕਿੱਲੇ ਕਿਸੇ ਨੇ ਸ਼ਾਮਲਾਤ ਜ਼ਮੀਨ ਪੰਚਾਇਤੀ ਲੈ ਲਈ ਨਾਲ 4 ਕਿੱਲੇ ਜੰਗਲ ਦੇ ਵੀ ਦੱਬ ਲਏ ਜੀ ਇਹ ਮੈਂ ਫੋਰੈਸਟ ਦਾ ਵਾਰਡ ਡਿਪਾਰਟਮੈਂਟ ਦੀ ਮੀਟਿੰਗ ਬੁਲਾਈ ਹੈ ਬੁਲਾ ਕੇ ਕਿਹਾ ਇਹ ਵੀ ਮੈਨੂੰ 15 ਦਿਨ ਚ ਰਿਪੋਰਟ ਦਿਓ ਮੈਂ ਫਿਜ਼ੀਕਲੀ ਜਾ ਕੇ ਦੇਖੂਗਾ ਜੇ ਤੋ ਤੁਸੀਂ ਸਹੀ ਰਿਪੋਰਟ ਦੇਤੀ ਠੀਕ ਹੈ ਜੇ ਤੁਸੀਂ ਜਿਹੜੇ ਦਬਾ ਗਏ ਜੀ ਉਹਨਾਂ ਨੂੰ ਤਾਂ ਅਸੀਂ ਕਟਹਿਰੇ 'ਚ ਖੜਾ ਕਰਨਾ ਹੀ ਕਰਨਾ ਜੇ ਤੁਸੀਂ ਰਿਪੋਰਟ ਲਕੋ ਗਏ ਤੇ ਤੁਸੀਂ ਵੀ ਨਹੀਂ ਬਖਸ਼ ਜਾਣਾ ਮੈਂ ਫਿਜ਼ੀਕਲੀ ਜਾ ਕੇ ਦੇਖੂਗਾ ਤੁਹਾਡੇ ਕੋਲ ਮਹਿਕਮਾ ਬਤੌਰ ਪ੍ਰੈਸ ਨਾਲ ਲਿਜਾ ਕੇ ਕੱਲੀ-ਕੱਲੀ ਥਾਵਾਂ ਤੇ ਜਾ ਕੇ ਦੇਖਣਾ ਜਿੱਥੇ-ਜਿੱਥੇ ਮੈਨੂੰ ਸ਼ੱਕ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗਾ ਇੱਕ ਚੀਜ਼ ਮੰਤਰੀ ਸਾਹਿਬ ਹੋਰ ਕਲੀਅਰ ਕਰੋ ਤੁਹਾਡੇ ਕੋਲ ਮਹਿਕਮਾ ਤੁਸੀਂ ਸੰਭਾਲਿਆ ਕਾਨੂੰਨ ਬਾਰੇ ਤੁਹਾਨੂੰ ਜਾਣਕਾਰੀ ਹੋਵੇਗੀ ਜੋ ਸਰਕਾਰ ਨਵੀਂ ਸੜਕ ਬਣਾਉਂਦੀ ਹੈ ਤੁਸ ਤੱਕ ਮੈਨੂੰ ਜਾਣਕਾਰੀ ਹੈ ਕੋਰਟ ਦਾ ਇਹ ਆਦੇਸ਼ ਹੈ ਕਿ ਉਹਨੇ ਦਰਖਤ ਪਹਿਲਾਂ ਲੱਗਣੇ ਚਾਹੀਦੇ ਆ ਜੀ ਹੁਣ ਤੱਕ ਇਹ ਹੋ ਕਿਉਂ ਨਹੀਂ ਸਕਿਆ ਪੁਰਾਣਾ ਜਿਹੜਾ ਗਲਤ ਹੋਇਆ ਉਹਦੇ ਨਾਲ ਕਿਵੇਂ ਮੈਂ ਤੁਹਾਡੀ ਗੱਲ ਵਿਚਾਲਿਆ ਭਰਾ ਜੀ ਗੱਲ ਇਹ ਹੈ ਮੈਂ ਪਹਿਲੀ ਮੀਟਿੰਗ ਜੀ ਸਾਰੇ ਪੰਜਾਬ ਦੇ ਅਫਸਰਾਂ ਦੇ ਸੱਦ ਕੇ ਮੀਟਿੰਗ ਸਾਰੇ ਵੱਡੇ ਅਫਸਰ ਸੈਕਟਰੀ ਸਾਰੇ ਸੱਦ ਕੇ ਕਿ ਹੈ ਕਿ ਆਪਾਂ ਜੋ ਪਿੱਛੇ ਨਹੀਂ ਕਰ ਸਕੇ ਆਪਾਂ ਉਦੋਂ ਵੀ ਨਹੀਂ ਕੀਤਾ ਸਰਕਾਰ ਨੂੰ ਲੋੜ ਪਈ ਸੜਕ ਚੌੜੀ ਕਰਨੀ ਹੈ ਕਰਤੀ ਪਰ ਸਾਡਾ ਜੰਗਲ ਤਾਂ ਵੱਧਿਆ ਗਿਆ ਬੂਟੇ ਤਾਂ ਗਏ ਪਰ ਨਵੇਂ ਲਾਉਣ ਨੂੰ ਜਗ੍ਹਾ ਨਹੀਂ ਹੈ ਜਗ੍ਹਾ ਸਾਡੀ ਖਤਮ ਹੋ ਗਈ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਕੋਸ਼ਿਸ਼ ਕਰੀਏ ਹੁਣ ਸਾਡੀ 50-50 ਮੀਟਰ ਦੋਨੋਂ ਪਾਸੇ ਸੜਕ ਗਈ ਦਰਖਤ ਵੀ ਗਏ ਅਸੀਂ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਰਾਹੀਂ ਕੋਈ ਵੀ ਹਿੱਲਾ ਕਰੀਏ ਬੇਨਤੀ ਕਰਕੇ ਜਿੰਨਾ ਇਹ ਸਾਦ ਤੋਂ ਜਗ੍ਹਾ ਗਈ ਹੈ ਜੰਗਲ ਵੀ ਵਧੇਗਾ ਸਾਨੂੰ ਨਵੇਂ ਬੂਟੇ ਲਾਉਣ ਲਈ ਸੜਕਾਂ ਦੇ ਦੋਨੋਂ ਸਾਈਡਾਂ ਤੇ 100 100 ਮੀਟਰ 50 50 ਮੀਟਰ ਜਗਾ ਦਿੱਤੀ ਜਾਵੇ ਤਾਂ ਕਿ ਅਸੀਂ ਨਵੇਂ ਪੌਦੇ ਉੱਥੇ ਲਗਾ ਸਕਾਂ ਨਵੇਂ ਪੌਦੇ ਲੱਗ ਵੀ ਜਾਂਦੇ ਆ ਮੰਤਰੀ ਸਾਹਿਬ ਪਰ ਦੇਖਰੇਖ ਦੇ ਕੋਣ ਉਹ ਰਹਿ ਜਾਂਦੇ ਆ ਲੱਗ ਜਾਂਦੇ ਅਖਬਾਰ ਚ ਫੋਟੋਆਂ ਲੱਗ ਜਾਂਦੀਆਂ ਪਰ ਦੇਖਰੇਖ ਨਹੀਂ ਹੁੰਦੀ ਇਹਨੂੰ ਯਕੀਨੀ ਕਿਵੇਂ ਬਣਾਉਂਗੇ ਨਹੀਂ ਗੱਲ ਇਹ ਨਹੀਂ ਹੈ ਜਿਹੜੇ ਸਰਕਾਰੀ ਜਗ੍ਹਾ ਹੋਏਗੀ ਜਿੱਥੇ ਪੂਰੀ ਪਲਾਂਟੇਸ਼ਨ ਗਿਣਕੇ ਲੱਗੇਗੀ ਉਹਨੂੰ ਕੋਈ ਬੰਦਾ ਇੱਧਰ ਉੱਧਰ ਕਰ ਨਹੀਂ ਸਕਦਾ ਕਈ ਵਾਰੀ ਸਾਂਝੀ ਜਗ੍ਹਾ ਤੇ ਹੁੰਦਾ ਜਿਵੇਂ ਸਕੂਲ ਚ ਲੱਗ ਗਿਆ ਕਿਸੇ ਦੇ ਘਰ ਦੇ ਨੇੜੇ ਕਿਸੇ ਬਗੀਚੀ ਚ ਲੱਗ ਗਿਆ ਉਹ ਲੋਕਾਂ ਦੀ ਆਪਸੀ ਲੜਾਈ ਕਰਨ ਵੀ ਇੱਧਰ ਉੱਧਰ ਦੀ ਗੱਲ ਹੋ ਜਾਂਦੀ ਹੈ ਉਹਨੂੰ ਕੋਈ ਸੰਭਾਲਣ ਵਾਲਾ ਨਹੀਂ ਹੁੰਦਾ ਇਹ ਜਿਹੜਾ ਮਹਿਕਮੇ ਦੀ ਸਾਹਮਣ ਵਾਲੀ ਗੱਲ ਹੈ ਜਿੰਦ ਤੱਕ ਸੜਕਾਂ ਤੇ ਹੈ ਨਹਿਰਾਂ ਤੇ ਹੈ ਜਿੱਥੇ ਜਗ੍ਹਾ ਕੱਟਦੀ ਹੈ ਉਹਦੇ ਨਵੇਂ ਬੂਟੇ ਅਸੀਂ ਲਗਾਈਏ ਤਾਂ ਕਿ ਇਸ ਮਹਿਕ ਨੂੰ ਜੰਗਲਾਤ ਮੇਕ ਮਾਜੀ ਤਾਂ ਹੈਗਾ ਸਾਨੂੰ ਆਕਸੀਜਨ ਦੀ ਲੋੜ ਹੈ ਸਾਨੂੰ ਹਰਿਆਲੀ ਦੀ ਲੋੜ ਹੈ ਉਹ ਹਵਾ ਦੀ ਸਾਫ਼ ਹੋਣ ਦੀ ਲੋੜ ਹੈ ਪੰਜਾਬ ਚ ਇਹ ਰਕਬਾ ਘਟਦਾ ਜਾ ਰਿਹਾ ਹੈ ਪੋਲੂਸ਼ਨ ਨੇ ਬਹੁਤ ਮਾੜਾ ਹਾਲ ਕੀਤਾ ਹੋਇਆ ਹੈ ਐਨਵਾਇਰਨਮੈਂਟ ਸਾਡਾ ਪੋਲੂਸ਼ਨ ਨੂੰ ਕੰਟਰੋਲ ਕਰਨ ਦਾ ਸਾਡੇ ਕੋਲ ਇੱਕੋ ਹੀ ਤਰੀਕਾ ਹੈ ਜੰਗਲਾਤ ਵਧਵਾਦੋ ਜੀ ਤੇ ਇਹਨੂੰ ਪੂਰਿਆ ਕਰਨ ਲਈ ਅਸੀਂ ਹਰ ਕੋਸ਼ਿਸ਼ ਕਰਾਂਗੇ ਜਿਹੜੇ ਕੁਝ ਜੇਰੀ ਕੋਸ਼ਿਸ਼ ਪੂਰੀ ਹੋਏਗੀ ਕਿ ਆਉਣ ਵਾਲਾ ਕੱਲ੍ਹ ਹੈ ਜਿਹੜਾ ਇਹ ਨਾ ਕਹੇ ਵੀ ਬੰਦਾ ਜਿਹੜੇ ਫਲਾਣੇ ਬੰਦੇ ਐ ਚੁੱਪ ਕਰਕੇ ਬੈਠ ਕੇ ਆਏ ਸੀ ਉਹ ਵੀ ਚੁੱਪ ਕਰਕੇ ਚਲੇ ਗਿਆ ਮੇਰਾ ਹੋਵੇ ਨਾ ਹੋਵੇ ਕੰਮ ਘਟੋ ਘਟ ਇਹ ਬੋਲਦਾ ਹੋਵੇ ਮੈਂ ਆ ਹਿੰਮਤ ਕੀਤੀ ਸੀ ਇਹਨੂੰ ਬੇਨਤੀ ਕੀਤੀ ਸੀ ਆ ਕਿਹਾ ਸੀ ਮੈਂ ਐ ਲਗਾਉਣਾ ਮੇਰਾ ਲਿਖਿਆ ਰਿਕਾਰਡ ਬੋਲੀ ਵਾਤਾਵਰਨ ਸੰਭਾਲ ਦੇ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸਿੱਤ ਜਵਾਲ ਪਿਛਲੇ ਕਰੀਬ 10 ਸਾਲ ਤੋਂ ਰੌਲਾ ਪਾ ਰਹੇ ਨੇ ਕੋਈ ਨਹੀਂ ਸੁਣੀ ਜਾ ਰਹੀ ਉਹਨਾਂ ਦੀ ਤੁਸੀਂ ਉਹਨਾਂ ਦੇ ਨਾਲ ਸੰਵਾਦ ਕਰੋਗੇ ਮੈਂ ਬਿਲਕੁਲ ਮੇਰਾ ਬਹੁਤ ਮਨ ਦੇ ਵਿੱਚ ਸਤਿਕਾਰ ਉਹਨਾਂ ਦਾ ਮੈਂ ਬਾਬਾ ਜੀ ਦੇ ਸਥਾਨ ਤੇ ਜਾ ਕੇ ਉਹਨਾਂ ਨਾਲ ਬੈਠਕ ਵੀ ਕਰਕੇ ਆਵਾਂਗਾ ਔਰ ਉਹਨਾਂ ਨੂੰ ਸਨਮਾਨਤ ਵੀ ਕਰਕੇ ਆਵਾਂਗਾ ਮੇਰਾ ਮਨ ਕਰਦਾ ਹੈ ਉੱਤੇ ਜਰੂਰ ਜਾ ਕੇ ਆਵਾਂਗਾ ਜੀ ਮਹਦਸ਼ਾਪ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ